ਵੈਰੀ ਗੁੱਡ ਆਫਟਰਨੂਨ ਸਟੂਡੈਂਟਸ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਭ ਤੋਂ ਪਹਿਲੇ ਤੁਹਾਡੇ ਤੇ ਤੁਹਾਡੇ ਪਰਿਵਾਰ ਨੂੰ ਗੁਰਪੁਰਬ ਦੀ ਬਹੁਤ ਬਹੁਤ ਵਧਾਈਆਂ ਤੇ ਮੈਂ ਵੀ ਅੱਜ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰੂੰਗਾ ਕਿ ਜਿਹੜੇ ਵੀ ਬੱਚੇ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਐ ਬਾਬਾ ਜੀ ਉਹਨਾਂ ਦਾ ਜਿਹੜਾ ਡ੍ਰੀਮ ਹੈ ਸਰਕਾਰੀ ਨੌਕਰੀ ਲੱਗਣ ਦਾ ਉਹ ਜ਼ਰੂਰ ਪੂਰਾ ਕਰਨਗੇ ਤੇ ਜਿਵੇਂ ਕਿ ਅਸੀਂ ਤੁਹਾਨੂੰ ਪਤਾ ਕਿ ਹੁਣ ਪੀਪੀਐਸਸੀ ਦੇ ਕਾਫੀ ਐਗਜ਼ਾਮਸ ਜਿਹੜੇ ਐ ਨਿਕਲ ਰਹੇ ਹੈਗੇ ਐ ਵੈਟਰਨਰੀ ਇਨਸਪੈਕਟਰ ਦਾ ਵੀ ਨਿਕਲਿਆ ਹੈਗਾ ਤੇ ਜੇਈ ਵਾਲੀਆਂ ਪੋਸਟਾਂ ਦਾ ਵੀ ਦਰ ਤੋਰੀ ਨੋਟੀਫਿਕੇਸ਼ਨ ਐਗਜ਼ਾਮ ਡ ਜਲਦੀ ਹੀ ਨਾਇਬ ਤਹਿਸੀਲਦਾਰ ਦੇ ਇਗਜ਼ਾਮ ਦੀ ਜਿਹੜੀ ਉਹ ਵੀ ਡੇਟ ਆ ਜਾਏਗੀ ਤੇ ਅਸੀਂ ਕਿਉਂਕਿ ਪੇਪਰ ਪਹਿਲੇ ਬਹੁਤ ਪਹਿਲੇ ਨਿਕਲਿਆ ਸੀਗਾ ਤੇ ਅਸੀਂ ਜਿਹੜਾ ਇੱਕ ਗੈਸ ਪੇਪਰ ਵੀ ਲਾਂਚ ਕੀਤਾ ਸੀਗਾ ਸ਼ਾਇਦ ਬਹੁਤ ਸਾਰੇ ਸਟੂਡੈਂਟ ਉਸ ਟਾਈਮ ਉਹਨਾਂ ਨੇ ਕਾਫੀ ਬੱਚਿਆਂ ਨੇ ਖਰੀਦਿਆ ਵੀ ਸੀਗਾ ਤੇ ਬਹੁਤ ਸਾਰੇ ਬੱਚੇ ਜਿਹੜੇ ਮੌਕ ਟੈਸਟ ਜਾਂ ਗੈਸ ਪੇਪਰ ਜਿਹੜੇ ਉਹ ਦੌਰ ਤੋਂ ਖਰੀਦਣਾ ਚਾਹੁੰਦੇ ਆ ਤੇ ਸਭ ਤੋਂ ਪਹਿਲੇ ਤਾਂ ਮੈਂ ਇਹ ਅਨਾਉਂਸ ਕਰਨਾ ਚਾਹੁੰਦਾ ਕਿ ਗੁਰਪੁਰਬ ਦੇ ਮੌਕੇ ਤੇ ਅਸੀਂ ਬ੍ਰਾਈਟ ਅਕੈਡਮੀ ਜਿੰਨੇ ਵੀ ਬ੍ਰਾਈਟ ਅਕੈਡਮੀ ਦੀ ਐਪਲੀਕੇਸ਼ਨ ਦੇ ਉੱਤੇ ਵੀਡੀਓ ਕੋਰਸੇ ਹੈਗੇ ਆ ਉਹਨਾਂ ਤੇ 50% ਡਿਸਕਾਊਂ ਤੇ ਜਿਹੜੇ ਵੀ ਬੱਚੇ ਕੋਈ ਵੀ ਕੋਰਸੇ ਪੰਜਾਬ ਜੌਬ ਦਾ ਬੈਂਕ ਪੁਸਸਸੀ ਦਾ ਜਾਂ ਕੋਈ ਹੋਰ ਮੌਕ ਟੈਸਟ ਸੀਰੀਜ਼ ਖਰੀਦਣਾ ਚਾਹੁੰਦੇ ਆ ਉਹ 50% ਡਿਸਕਾਊਂਟ ਜਿਹੜਾ ਅਵੇਲ ਕਰਕੇ ਉਹ ਕੋਰਸੇਸ ਖਰੀਦ ਸਕਦੇ ਆ ਤੇ ਇਹ ਗੈਸ ਪੇਪਰ ਦੀ ਤੇ ਜਿਹੜੀ ਮੌਕ ਟੈਸਟ ਸੀਰੀਜ਼ ਦੀ ਤੇ ਆਪਣਾ ਜਿਹੜਾ 50% ਡਿਸਕਾਊਂਟ ਜਿਹੜਾ ਹੈ ਉਹ ਤੁਸੀਂ ਕਿਵੇਂ ਅਵੇਲ ਕਰਨਾ ਹੈ ਅੱਜ ਦੇ ਵੀਡੀਓ ਚ ਮੈਂ ਤੁਹਾਡੇ ਨਾਲ ਦੱਸ ਰਿਹਾ ਕਿਉਂਕਿ ਦੇਖੋ ਡਿਸੰਬਰਸ ਦਾ ਪੇਪਰ ਹੋਣ ਦੇ ਨਾਇਬ ਤਹਿਸੀਲਦਾਰ ਦਾ ਇੱਕ ਘੱਟ ਚਾਂਸਸ ਹੈਗੇ ਆ ਕਿਉਂਕਿ ਹੱਲੇ ਇਹਨਾਂ ਨੇ ਜੇਈ ਦੇ ਪੇਪਰ ਕੰਡਕਟ ਕਰਨੇ ਆ ਵੈਟਰਨਰੀ ਇਨਸਪੈਕਟਰ ਦਾ ਪੇਪਰ ਵੀ ਸ਼ਾਇ ਆਪਣਾ ਨਾਇਬ ਤਹਿਸੀਲਦਾਰ ਤੋਂ ਪਹਿਲੇ ਜਿਹੜਾ ਕੰਡਕਟ ਕੀਤਾ ਜਾਏਗਾ ਬਟ ਇਹ ਕਿ ਤੁਸੀਂ ਦਸੰਬਰ ਐਂਡ ਜਾਂ ਜਨਵਰੀ ਚ ਜਿਹੜਾ ਐ ਐਕਸਪੈਕਟ ਕਰ ਸਕਦੇ ਹੋ ਕਿ ਨਾਇਬ ਤਹਿਸੀਲਦਾਰ ਦਾ ਪੇਪਰ ਜਿਹੜਾ ਉਹ ਕੰਡਕਟ ਕੀਤਾ ਜਾਏਗਾ ਤੇ ਮੀਨਸ ਤੁਹਾਡੇ ਕੋਲ ਇਨਫ ਟਾਈਮ ਹੈਗਾ ਤੁਸੀਂ ਜਿਹੜਾ ਹੈ ਜਿਨ੍ਹਾਂ ਨੇ ਬੱਚਿਆਂ ਨੇ ਜਿਨ੍ਹਾਂ ਦੀ ਤਿਆਰੀ ਸਲੋ ਚੱਲ ਰਹੀ ਸੀ ਉਹ ਸਪੀਡ ਅਪ ਕਰ ਸਕਦੇ ਆਂ ਤਿਆਰੀ ਨੂੰ ਮੀਨਸ ਤੁਹਾਡੇ ਕੋਲ ਹੱਲੇ ਵੀ ਡੇਢ ਦੋ ਮਹੀਨੇ ਦਾ ਟਾਈਮ ਹੈਗਾ ਕਿ ਤੁਸੀਂ ਤਿਆਰੀ ਕਰ ਸਕਦੇ ਹੋ ਤੇ ਚਲੋ ਬੇਟਾ ਸਭ ਤੋਂ ਪਹਿਲੇ ਦੇਖਦੇ ਆਂ ਅਸੀਂ ਆਪਣਾ ਜਿਹੜਾ ਗੈਸ ਪੇਪਰ ਹੈਗਾ ਉਸ ਤੋਂ ਪਹਿਲੇ ਅਸੀਂ ਦੇਖਦੇ ਆਂ ਜਿਹੜਾ 50% ਡਿਸਕਾਊਂਟ ਹੈਗਾ ਬ ਤੁਹਾਨੂੰ ਪਤਾ ਹੈ ਕਿ ਬ੍ਰਾਈਟ ਕਨਿੰਗ ਦੀ ਐਪਲੀਕੇਸ਼ਨ ਪਲੇ ਸਟੋਰ ਤੇ ਐਪ ਸਟੋਰ ਦੋਨਾਂ ਤੇ ਹੈਗੀ ਹੈ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰਨ ਤੋਂ ਬਾਅਦ ਅਸੀਂ 50% ਡਿਸਕਾਊਂਟ ਦੇ ਰਹੇ ਹਾਂ ਬੇਟਾ ਵੀਡੀਓ ਕੋਰਸੇ ਦੇ ਉੱਤੇ 3-4 ਦਿਨ ਤੱਕ ਵੈਲਿਡ ਰਹੇਗਾ ਇੱਕ 쿠ਪਨ ਕੋਡ ਹੈਗਾ ਗੁਰਪੂਰਵ50 ਜਿਹੜੇ ਬੱਚਿਆਂ ਨੂੰ ਨਹੀਂ ਪਹਿਲੇ ਪਤਾ ਕਿਵੇਂ ਲਗਾਈਦਾ ਮੈਂ ਤੁਹਾਨੂੰ ਨੂੰ ਇੱਕ ਵਾਰੀ ਦੱਸ ਰਿਹਾ ਕਿ ਜਦੋਂ ਐਪਲੀਕੇਸ਼ਨ ਤੁਸੀਂ ਖੋਲੋਗੇ ਤੇ ਐਪਲੀਕੇਸ਼ਨ ਡਾਊਨਲੋਡ ਕਰਨ ਤੋਂ ਬਾਅਦ ਪਲੈਟਫਾਰਮ ਤੁਹਾਨੂੰ ਇੱਦਾਂ ਦੇਖੇਗਾ ਇੱਥੇ ਤੁਹਾਨੂੰ ਨੀਚੇ ਪੇਡ ਕੋਰਸੇ ਨਜ਼ਰ ਆਣਗੇ ਪੇਡ ਕੋਰਸੇ ਤੋਂ ਬਾਅਦ ਤੁਸੀਂ ਬੇਟਾ ਇੱਥੇ 올 ਕੋ 올 코र्सेस ਜਾਣ ਤੋਂ ਬਾਅਦ ਤੁਹਾਨੂੰ ਸਾਰੇ ਕੋਰਸਿਸ ਦਿਖ ਜਾਣਗੇ ਜਿਹੜਾ ਵੀ ਕੋਰਸ ਤੁਸੀਂ ਬਾਏ ਕਰਨਾ ਹੈਗਾ ਪੰਜਾਬ ਜੌਬ ਦਾ ਕਰਨਾ ਹੈ ਪੀ ਟ੍ਰਿਪਲ ਐਸ ਵੀ ਕਲਰਕ ਦਾ ਕਰਨਾ ਹੈ ਜਾਂ ਕੋਈ ਮੌਕ ਟੈਸਟ ਸੀਰੀਜ਼ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਇਹ ਸਾਰਾ ਦੇਖੋਗੇ ਜਿਹੜੀ ਦੀ ਡਿਸਕ੍ਰਿਪਸ਼ਨ ਵਗੈਰਾ ਦੇਖੋਗੇ ਤੇ ਬਾਏ ਨਾ ਤੇ ਤੁਸੀਂ ਜਾਓਗੇ ਜਦੋਂ ਤੇ ਉੱਥੇ ਉਹ ਕਹੂਗਾ ਯੂਜ਼ 쿠ਪਨ ਕੋਡ ਤਾਂ ਤੁਸੀਂ ਇਹ 쿠ਪਨ ਕੋਡ ਯੂਜ਼ ਕਰਨਾ ਬੇਟਾ ਗੁਰਪੂਰੋ 50 ਤੇ ਅਪਲਾਈ ਜਦੋਂ ਕਰੋਗੇ ਤੇ ਜਿਹੜਾ ਵੀ ਆਪਣਾ ਕੋਰਸ ਤੁਸੀਂ ਖਰੀਦ ਰਹੇ ਹੋ 50% ਤੇ ਹੋ ਜਾਊਗਾ ਫੋਰ ਐਗਜ਼ਾਮਪਲ ਇੱਥੇ 8000 ਦਾ ਤਾਂ ਉਹ 4000 ਦਾ ਹੋ ਜਾਊਗਾ ਫਿਰ ਤੁਸੀਂ ਪੇ ਕਰਨਾ ਹੈਗਾ ਉਸ ਤੋਂ ਬਾਅਦ ਤੇ ਇਹ ਜਿਹੜਾ ਬੇਟਾ ਡਿਸਕਾਊਂਟ ਹੈਗਾ ਇਹ ਵੈਲਿਡ ਹੈਗਾ ਟਿਲ 24th ਨਵੰਬਰ ਤੱਕ ਮੀਨਸ ਵੈਡਨਸਡੇ ਤੱਕ ਵੈਲਿਡ ਹੈਗਾ 50% ਉਸ ਤੋਂ ਬਾਅਦ ਇਹਨਾਂ ਦਾ ਪ੍ਰਾਈਸ ਜਿਹੜਾ ਹੈ ਇਹ ਫੇਰ ਦੁਬਾਰਾ ਤੋਂ 8000 ਹੋ ਜਾਊਗਾ ਜਾਂ 9000 ਹੋ ਜਾਊਗਾ ਜੋ ਵੀ ਉਸ ਪ੍ਰਾਈਸ ਤੇ ਕੋਰਸੇ ਚੱਲ ਰਹੇ ਹਨ ਹੁਣ ਦੇਖੋ ਗੈਸ ਪੇਪਰ ਜਿਹੜਾ ਅਸੀਂ ਪੀਪੀਐਸਸੀ ਦੇ ਪੇਪਰਸ ਵਾਸਤੇ ਜਿਹੜਾ ਗੈਸ ਪੇਪਰ ਲਾਂਚ ਕਰ ਰਹੇ ਹਾਂ ਇਹ ਬੇਟਾ ਕਿਨਾ ਕਿਨਾ ਵਾਸਤੇ ਬੈਨੀਫੀਸ਼ੀਅਲ ਹੈ ਅਗਰ ਤੁਸੀਂ ਮੰਨ ਲਓ ਨਾਇਬ ਤਹਿਸੀਲਦਾਰ ਦਾ ਪੇਪਰ ਨਹੀਂ ਭਰਿਆ ਫੇਰ ਤੁਸੀਂ ਬਾਕੀ ਕੋਈ ਪੇਪਰ ਦੇਣਾ ਚਾਹੁੰਦੇ ਹੋ ਕੋਆਪਰੇਟਿਵ ਯਾ ਤੁਸੀਂ ਫੂਡ ਇਨਸਪੈਕਟਰ ਦਾ ਕੋਈ ਪੇਪਰ ਨਿਕਲਦਾ ਹੈ ਐਕਸਾਈਜ਼ ਦਾ ਪੇਪਰ ਹੈਗਾ ਸਬ ਇਨਸਪੈਕਟਰ ਦਾ ਪੇਪਰ ਹੈਗਾ ਇਹ SSC ਲੈਵਲ ਦੀ ਤਿਆਰੀ ਕਰ ਰਹੇ ਇਹ ਸਾਰੇ ਬੱਚੇ ਇਸ ਗੈਸ ਪੇਪਰ ਜਿਹੜਾ ਹੈ ਉਹਨਾਂ ਵਾਸਤੇ ਬੈਨੀਫੀਸ਼ੀਅਲ ਰਹੇਗਾ ਮੈਂ ਜਿੰਨੇ ਵੀ PPCS ਦੇ ਪੇਪਰ ਹੋਏ ਸੀਗੇ 2016 ਤੋਂ ਲੈ ਕੇ 20 ਤੱਕ ਸਾਰਿਆਂ ਦਾ ਅਨਲਿਸਿਸ ਕੀਤਾ ਸੀਗਾ ਅਨਲਿਸਿਸ ਦੇ ਬੀਸ ਤੇ ਜਿਹੜਾ ਹੈ ਇਹ ਗੈਸ ਪੇਪਰ ਬਣਾਇਆ ਹੈਗਾ ਉਹਦਾ ਕੰਟੈਂਟ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ ਇਹਦੇ ਵਿੱਚ ਜਿੰਨੇ ਵੀ 19 ਪੇਪਰ ਸੀਗੇ ਚੈਪਟਰ ਵਾਈਜ਼ ਕੁਐਸਚਨ ਦੇ ਨਾਲ ਅਲੱਗ-ਅਲੱਗ ਕੀਤੇ ਜੀਕੇ ਦੇ ਪਜ਼ਲਜ਼ ਇਹਨਾਂ ਦੀਆਂ ਸਾਰੀਆਂ ਅਲੱਗ-ਅਲੱਗ ਕੀਤੀਆਂ ਹੈਗੀਆਂ ਡੀਆਈ ਇੰਡੀਆ ਬਿਕਸ ਦੀ ਸਾਈਟ ਤੋਂ ਜਨਰਲੀ ਜਿਹੜਾ ਹੈ ਉਹ ਚੱਕਿਆ ਜਾਂਦਾ ਹੈ ਸਟੱਡੀ ਅੱਡਾ ਦੀ ਸਾਈਟ ਤੋਂ ਮੈਂਟਲ ਬਿਲਟੀ ਏ ਟੂ 11 ਕਲਾਸ ਦੀ ਕਵਰ ਕੀਤੀ ਹੈ ਸਟੱਡੀ ਅੱਡਾਈ ਸਾਈਟ ਤੋਂ ਜੀਕੇ ਯੂਪੀਐਸਸੀ ਲੈਵਲ ਦਾ ਸਾਰਾ ਸਬਜੈਕਟ ਵਾਈਜ਼ ਲੱਕ ਕੀਤਾ ਹੈ ਤੇ 10 ਮੌਕ ਟੈਸਟ ਜਿਹੜੇ ਇਸ ਗੈਸ ਪੇਪਰ ਦਾ ਅਸੀਂ ਬਣਾਏ ਗਏ ਇਹਦਾ ਡਿਟੇਲ ਕੰਟੈਂਟ ਵੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਗੈਸ ਪੇਪਰ ਨੰਬਰ 1 ਟੋਟਲ ਚਾਰ ਪਾਰਟ ਚ ਅਸੀਂ ਗੈਸ ਪੇਪਰ ਬਣਾਇਆ ਗੈਸ ਪੇਪਰ ਨੰਬਰ 1 ਚ ਬੇਟਾ ਪੀਪੀਐਸਸੀ ਦੇ ਜਿੰਨੇ ppsc ਦੇ ਪੇਪਰ ਦੀ ਸਾਰੀ ਪਜ਼ਲਸ ਵੀ ਸੈਪਰੇਟ ਕਰਤੀਆਂ ਗਈਆਂ ਮੈਂਟਲ ਬਿਲਟੀ ਪਜ਼ਲ 8 ਤੋਂ 11th ਕਲਾਸ ਦੀ ਸਾਰੀ 160 ਕੁਐਸਚਨਸ ਹੈਗੇ ਡੀਆਈ ਦੇ ਆਨਲਾਈਨ ਸਾਈਟ ਤੇ ਇੰਡੀਆ ਵਿਕਸ ਦੇ 200 ਕੁਐਸਚਨਸ ਇਹ ਸਾਰੇ ਗੈਸ ਪੇਪਰ ਨੰਬਰ ਪਾਰਟ ਨੰਬਰ 1 ਚ ਹੈਗੇ ਬੇਟਾ ਉਸ ਤੋਂ ਬਾਅਦ ਗੈਸ ਪੇਪਰ ਨੰਬਰ 2 ਚ ਹੈਗਾ ਤੁਹਾਡਾ ਸਾਇੰਸ ਬਾਇਓ ਦੇ 250 ਕੁਐਸਚਨਸ ਹੈਗੇ ਸਾਇੰਸ ਫਿਜ਼ਿਕਸ ਦੇ 200 ਹੈਗੇ ਐਂਡ కెਮਿਸਟਰੀ ਦੇ 230 ਕੁਐਸਚਨ ਐਨਵਾਇਰਨਮੈਂਟ ਦੇ ਕੁਐਸਚਨ 400 ਹੈਗੇ ਪਾਲਿਟੀ ਦੇ 1500 ਪਲੱਸ ਕੁਐਸਚਨ ਹੈਗੇ ਪਾਲਿਟੀ ਦੇ ਕੁਐਸਚਨਸ ਵਿੱਚ ਕੁਝ ਕਰੈਕਸ਼ਨਸ ਵੀ ਸੀਗੀਆਂ ਅਸੀਂ 22 ਮੇਲ ਵੀ ਭੇਜੀਆ ਸੀਗੀਆਂ ਜੇ ਕਿਸੇ ਨੂੰ ਮੇਲ ਨਹੀਂ ਆਈ ਹੈ ਤਾਂ ਅਸੀਂ ਨਵੀਂ ਜਿਹੜੀ ਕਰੈਕਸ਼ਨਸ ਹੈਗੀਆਂ ਮੰਡੇ ਟਿਊਜ਼ਡੇ ਤੱਕ ਸਾਰੀਆਂ ਜਿਨ੍ਹਾਂ ਬੱਚਿਆਂ ਨੇ ਪਹਿਲੇ ਖਰੀਦ ਰੱਖਿਆ ਗੈਸ ਪੇਪਰ ਉਹਨਾਂ ਨੂੰ ਦੁਬਾਰਤੋਂ ਅਸੀਂ ਮੇਲ ਕਰ ਦਾਂਗੇ ਉਸ ਤੋਂ ਬਾਅਦ ਬੇਟਾ ਗੈਸ ਪੇਪਰ ਨੰਬਰ 3 'ਚ ਮੌਕ ਟੈਸਟ ਹੈਗੇ ਆ ਜੀਐਸ ਦੇ 10 ਮੌਕ ਟੈਸਟ ਹੈਗੇ ਆ 10 ਮੌਕ ਟੈਸਟ ਜਿਹੜੇ ਸੀ ਸੈੱਟ ਦੇ ਹੈਗੇ ਤੇ ਜਿੰਨਾ ਵੀ ਲੇਟੈਸਟ ਕਰੰਟ ਅਫੇਅਰ ਹੈ ਉਹ ਸਾਰਾ ਇਹਨੂੰ ਮੌਕ ਟੈਸਟ ਅਸੀਂ ਅਪ 500 ਕੁਐਸਚਨ ਹੈਗੇ ਇਕਨੋਮਿਕਸ ਦੇ 200 ਕੁਐਸਚਨ ਹੈਗੇ ਜੀਓਗ੍ਰਾਫੀ ਦੇ 200 ਕੁਐਸਚਨ ਹੈ ਤੇ ਇਹ ਜਿਹੜਾ ਬੇਟਾ ਜਿਹੜਾ ਗੈਸਟ ਪੇਪਰ ਹੈ ਇਹ ਹਾਰਡ ਕਾਪੀ 'ਚ ਹੈਗਾ ਸੌਫਟ ਕਾਪੀ 'ਚ ਨਹੀਂ ਹੈਗਾ ਤੁਸੀਂ ਕਿਵੇਂ ਮੰਗਾਨਾ ਹੈ ਪਹਿਲੇ ਮੈਂ ਤੁਹਾਨੂੰ ਪ੍ਰਾਈਸ ਦੱਸ ਰਿਹਾ ਇਹਦਾ ਵੀ ਅਸੀਂ 50% ਕਰਤਾ ਪਹਿਲੇ ਅਸੀਂ 2300 ਦਾ ਇਹਨੂੰ ਵੇਚ ਰਹੇ ਸੀਗੇ ਉਸ ਟਾਈਮ ਜਦੋਂ ਅਸੀਂ ਲਾਂਚ ਕੀਤਾ ਸੀ ਪਰ ਗੁਰੂਪੁਰਬ ਦੇ ਮੌਕੇ ਤੇ ਮੈਂ ਇਹਨੂੰ ਫੇਰ ਜਿਹੜਾ 50% ਕੀਤਾ ਹੈ ਗੇਸ ਪੇਪਰ ਬੇਟਾ ਜਿਹੜਾ ਅਗਰ ਤੁਸੀਂ ਨਿਊ ਸਟੂਡੈਂਟ ਹੋ ਬ੍ਰਾਈਟ ਅਕੈਡਮੀ ਦੇ ਪਹਿਲੇ ਸਟੂਡੈਂਟ ਨਹੀਂ ਰਹੇ ਹੋ ਤਾਂ 1200 ਰੁਪਏ ਹੈਗਾ ਸਪੀਡ ਪੋਸਟ ਦੇ ਥਰੂ ਜਿਹੜਾ 100 ਰੁਪਏ ਲੱਗਣਗੇ ਟੋਟਲ 1300 ਜੇ ਤੁਸੀਂ ਬਾਈ ਹੈਂਡ ਲੈਣਾ ਚਾਹੁੰਦੇ ਹੋ ਤਾਂ ਸੈਕਟਰ 15 ਬ੍ਰਾਈਟ ਅਕੈਡਮੀ ਚ ਜਾ ਕੇ ਤੁਹਾਨੂੰ ਮਿਲ ਜਾਊਗਾ ਜੇ ਤੁਸੀਂ ਗ੍ਰੀਨ ਕਾਰਡ ਸਟੂਡੈਂਟ ਰਹੇ ਹੋ ਤਾਂ 900 ਦਾ ਹੈਗਾ ਪੀਓਐਸਐਸਸੀ ਵਾਲਾ ਗ੍ਰੀਨ ਕਾਰਡ ਹੈ 1100 ਦਾ ਹੈ ਤੇ 100 ਰੁਪਏ ਪੋਸਟਲ ਚਾਰਜਸ ਹੈਗੇ ਇਹ 1000 ਤੇ 1200 ਹੋ ਜਾਊਗਾ ਇਹਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਹੁਣ ਗੈਸ ਪੇਪ तो गैस स्पीड पोस्ट के थ्रू मिल जाऊगा तीस एक नंबर सेव कर लो डबल नाइन डबल एट डबल फोर डबल टू डबल जीरो डबल नाइन डबल एट डबल फोर डबल टू डबल जीरो ये तुम्हें तो वटसएप करना वटसएप की करना है। नेम करना है। फोन करना ईमेल हाउस नंबर वेलेज़ या पोस्ट जिते भी तोड़ा है तहसील डिस्ट्रिक पिन स्टेट मीनस प्रोपर पूरा, पूरा एड्रस लिखना है तो यह लिखना है नोट्स परचेज नायब गैस पेपर मीनस तीस ये लिखना हैलो सर आई वॉन्ट टू बाय गैस पेपर वट्सएप करना है ਇਸ ਨੰਬਰ ਤੇ 99988442200 ਤੇ ਤੇ WhatsApp ਕਰਨ ਤੋਂ ਬਾਅਦ ਅਸੀਂ ਤੁਹਾਨੂੰ ਕਾਊਂਟ ਨੰਬਰ ਸੈਂਡ ਕਰ ਸੈਂਡ ਕਰਾਂਗੇ ਤੁਸੀਂ ਉਹਦੇ 'ਚ ਆਪਣਾ ਮਨੀ ਡਿਪੋਜ਼ਿਟ ਕਰਾਓਗੇ ਸਾਨੂੰ ਸਕਰੀਨਸ਼ਾਟ ਭੇਜੋਗੇ ਤੇ ਅਸੀਂ ਅਗਲੇ ਦਿਨ ਜਿਹੜਾ ਤੁਹਾਡਾ ਇਹਨੂੰ ਸਪੀਡ ਪੋਸਟ ਕਰ ਦਾਂਗੇ ਤੇ 5-6 ਦਿਨ ਦੇ ਅੰਦਰ ਤੁਹਾਡੇ ਕੋਲ ਪਹੁੰਚ ਜਾਊਗਾ ਹੁਣ ਕਈ ਬੱਚੇ ਐਸੇ ਹੋਣੇ ਕਿ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹ ਲੱਗ ਰਿਹਾ ਹੋਣਾ ਕਿ ਸਰ ਅਸੀਂ ਤਿਆਰੀ ਸਾਡੀ ਬਹੁਤ ਵਧੀਆ ਅਸੀਂ ਸਿਰਫ ਮੌਕ ਟੈਸਟ ਹੀ ਖਿਦਣਾ ਚਾਹੁੰਦੇ ਹਾਂ ਤੇ ਬੇਟਾ ਜਿਹੜੇ 20 ਮੌਕ ਟੈਸਟ ਹੈਗੇ 10 ਜਿਹੜੇ GS ਦੇ ਤੇ 10 ਜਿਹੜੇ CSAT ਦੇ ਏ ਟੈਸਟ ਜਿਹੜੇ ਐ ਅਸੀਂ ਐਪਲੀਕੇਸ਼ਨ ਦੇ ਉੱਤੇ ਸੈਪਰੇਟਲੀ ਵੀ ਲਾਂਚ ਕਰਤੇ ਐ ਇਹ ਮੌਕ ਟੈਸਟ ਤੁਸੀਂ ਪੀਡੀਐਫ ਫਾਰਮੈਟ 'ਚ ਵੀ ਤੁਹਾਨੂੰ ਮਿਲ ਜਾਣਗੇ ਲੇਕਿਨ ਰੀਡੇਬਲ ਫਾਰਮ 'ਚ ਹੋਣਗੇ ਐਪ ਦੇ ਉੱਤੇ ਲਾਈਵ ਜਿਹੜੀ ਰੈਂਕ ਹੋਏਗੀ ਮੈਥ ਰੀਜਨਿੰਗ ਦੇ ਸਾਰੇ ਜਿਹੜੇ ਸੋਲੂਸ਼ਨਸ ਵੀ ਹੋਣਗੇ ਤੇ ਆਨਲਾਈਨ ਤੁਸੀਂ ਜਾ ਕੇ ਡਾਇਰੈਕਟਲੀ ਜਿਹੜੀ ਬ੍ਰਾਈਟ ਅਕੈਡਮੀ ਦੀ ਐਪਲੀਕੇਸ਼ਨ ਦੇ ਉੱਤੇ ਖਰੀਦ ਸਕਦੇ ਹੋ ਚਾਰजेस ਇਹਦੇ ਸਿਗੇ ਜਿਹੜੇ ਪ੍ਰਾਈਸ ਸੀਗਾ 1000 ਰੁਪਈਆ ਸੀਗਾ ਲੇਕਿਨ ਤੁਸੀਂ ਜਿਹੜਾ 쿠ਪਨ ਕੋਡ ਲਗਾਓਗੇ ਗੁਰਪੂਰੋ50 ਤੇ 500 ਦਾ ਹੋ ਜਾਊਗਾ ਤੇ ਡਾਇਰੈਕਟਲੀ ਐਪ ਤੋਂ ਖਰੀਦਣਾ ਐਪ ਦਾ ਤੇ ਅਬ ਉਸ ਤੋਂ ਬਾਅਦ ਇਹਦੇ ਨਾਲ ਜਿਹੜਾ 6 ਮਹੀਨੇ ਦਾ ਜਿਹੜਾ ਕਰੰਟ ਅਫੇਅਰ ਹੈ ਉਹ ਸਾਰਾ ਫ੍ਰੀ ਹੈਗਾ ਮੌਕ ਟੈਸਟ ਦੇ ਨਾਲ ਤੇ ਜਿਹੜੇ ਬੱਚੇ ਮੌਕ ਟੈਸਟ ਖਰੀਦਣਾ ਚਾਹੁੰਦੇ ਆ ਉਹ ਡਾਇਰੈਕਟਲੀ ਤੁਸੀਂ ਐਪ ਤੋਂ ਲੈ ਸਕਦੇ ਹੋ ਜਿਨ੍ਹਾਂ ਨੇ ਮੌਕ ਟੈਸਟ ਪਲੱਸ ਗੈਸ ਪੇਪਰ ਦੋਨੋਂ ਲੈਣੇ ਹਾਰਡ ਕਾਪੀ ਲੈਣੀ ਹੈ ਉਹ ਸਪੀਡ ਪੋਸਟ ਦੇ ਥਰੂ ਮੰਗਾ ਸਕਦੇ ਹੋ ਜੇ ਫੇਰ ਵੀ ਕੋਈ ਡਾਊਟ ਹੈਗਾ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਤੇ ਤੁਸੀਂ ਵੀਡੀਓ ਦੁਆਰ ਤੋਂ ਵੀ ਦੇਖ ਸਕਦੇ ਹੋ ਤੇ ਇੱਕ ਵਾਰੀ ਫੇਰ ਮੈਂ ਤੁਹਾਡੇ ਤੇ ਤੁਹਾਡੇ ਪਰਿਵਾਰ ਨੂੰ ਗੁਰਪੁਰਬ ਦੀ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦਾ ਠੀਕ ਹੈ ਜੀ 올 द बेस्ट थैंक यू ਵੈ